ਯਾਰ ਬੰਦੇ ਨਹੀਂ ਲੱਭੇ ਉਹਨੂੰ ਮੋਢਾ ਦੇਣ ਲਈ, ਦੋ ਸ਼ਮਸ਼ਾਨ ਘਾਟ ਵਾਲਿਆਂ ਨੇ ਚੁੱਕਿਆ ਤੇ ਪਿੱਛੋਂ ਇੱਕ ਉਹਦਾ ਬੇਟਾ ਜਿਹੜਾ ਲੱਤਾਂ ਫੜ ਕੇ ਤਿੰਨ ਜਣੇ ਉਹਨੂੰ ਸ਼ਮਸ਼ਾਨ ਘਾਟ ਦੇ ਅੰਦਰ ਲੈ ਕੇ ਜਾ ਰਹੇ ਨੇ। ਅਸੀਂ ਜਾ ਕੇ ਕੋਰੋਨਾ ਕੀ ਕਿਸੇ ਤਰ੍ਹਾਂ ਦਾ ਵੀ ਪੇਸ਼ੈਂਟ ਹੈ ਅਸੀਂ ਉਹਨੂੰ ਚੁੱਕਾਂਗੇ ਆਪਣੇ ਮੋਢਿਆਂ ਦੇ ਉੱਤੇ ਲੈ ਕੇ ਜਾਵਾਂਗੇ। ਕੈਪਟਨ ਸਾਹਿਬ ਤੁਹਾਨੂੰ ਮੁਸ਼ਕਲਾਂ ਕੀ ਪਤਾ ਲੱਗਣੀਆਂ ਲੋਕਾਂ ਦੀਆਂ, ਸਵੇਰੇ ਫੋਨ ਫੜਦੇ ਹੋ ਉਹਦੇ ਤੇ ਆਪਣੇ SSP ਨੂੰ ਕਾਲ ਲਾ ਲੈਂਦੇ ਹੋ ਕਿ ਹੈਲੋ ਬੇਟਾ ਹਾਊ ਆਰ ਯੂ ਫਾਈਨ ਚੰਗਾ ਚੱਲ ਰਿਹਾ, SSP ਤੁਹਾਨੂੰ ਕੀ ਕਹੂਗਾ ਕਿ ਮਾੜਾ ਚੱਲ ਰਿਹਾ, ਉਹਨੇ ਮਰਨਾ, ਉਹਨੇ ਡਿਸਮਿਸ ਹੋਣਾ ਤੁਹਾਡੇ ਕੋਲੋਂ। ਮੈਂ ਪਿਆਰ ਆਪਣੇ ਮੁਲਕ ਸੇ ਜਾਲੀ ਨਹੀਂ ਕਰਤਾ, ਪੁਰਖੋਂ ਕੀ ਵਿਰਾਸਤ ਕਭੀ ਖਾਲੀ ਨਹੀਂ ਕਰਤਾ, ਛਾਤੀ ਪੇ ਚੜ ਕੇ ਬੋਲਣਾ ਮੇਰੀ ਆਦਤ ਹੈ, ਮੈਂ ਕਭੀ ਹਕੂਮਤ ਕੀ ਦਲਾਲੀ ਨਹੀਂ ਕਰਤਾ। ਅੱਜ 10 ਦਿਨ ਹੋ ਗਏ ਆ ਸਾਨੂੰ ਇਹ ਸੇਵਾ ਨਿਭਾਉਂਦਿਆਂ ਨੂੰ ਇਹਨਾਂ ਸਾਰੇ ਸਾਥੀਆਂ ਦੇ ਨਾਲ ਤੇ ਜਨੂਨ ਨਾਲ ਤੇ ਜਿੱਦ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਆ, ਫਿਰ ਵੀ ਜੇ ਕਿਤੇ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਵਾ। ਕਿਤੇ ਨਾ ਕਿਤੇ ਜੇ ਅਸੀਂ ਪਹੁੰਚ ਨਹੀਂ ਸਕੇ ਫਿਰ ਵੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ, ਉੱਥੇ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕਿਉਂਕਿ ਸੋਚਿਆ ਸੀਗਾ ਕਿ ਸਰਕਾਰੀ ਰਾਸ਼ਨ ਜਿੱਦਾਂ ਸਾਨੂੰ ਅਫਸਰਾਂ ਨੇ ਦੱਸਿਆ ਸੀਗਾ ਕਿ 30 ਤਰੀਕ ਨੂੰ ਆ ਜਾਣਾ, 30 ਤੋਂ ਬਾਅਦ 1 ਕੀਤੀ, 1 ਤੋਂ ਬਾਅਦ 2 ਕੀਤੀ, ਹੁਣ ਪਤਾ ਲੱਗਾ ਜੀ 5 ਤਰੀਕ ਨੂੰ ਆਉਣਾ। ਇਹ ਅਸੀਂ ਐਲਾਨ ਕੀਤਾ ਸੀਗਾ ਕਿ ਜਿੰਨੇ ਦਿਨ ਸਰਕਾਰੀ ਰਾਸ਼ਨ ਸ਼ੁਰੂ ਨਹੀਂ ਹੋਊਗਾ ਅਸੀਂ ਉਨੇ ਦਿਨ ਜਿਹੜਾ ਇਹ ਰਾਸ਼ਨ ਆ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦੇ ਰਵਾਂਗੇ, ਔਰ ਹੁਣ ਤੱਕ ਪਹੁੰਚਾਇਆ। ਜਿਸ ਦਿਨ ਸਰਕਾਰੀ ਰਾਸ਼ਨ ਆਉਣਾ ਸ਼ੁਰੂ ਹੋ ਗਿਆ ਅਸੀਂ ਇਹ ਰਾਸ਼ਨ ਦੇਣਾ ਉਹ ਦਿਨ ਬੰਦ ਕਰ ਦੇਵਾਂਗੇ, ਕਿਉਂਕਿ ਸਾਡੀ ਕਿਸੇ ਨਾਲ ਕੋਈ ਰੇਸ ਨਹੀਂ ਹੈ, ਕਿਸੇ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੁੰਦੇ। ਇਹਦੇ ਕਰਕੇ ਮੇਰੇ ਕੋਲ ਕਈ ਹੋਰ ਮੁੱਦੇ ਨੇ ਜਿਹੜੇ ਮੇਰੇ ਕੋਲ ਚੁੱਕੇ ਨਹੀਂ ਜਾ ਰਹੇ, ਕਿਉਂਕਿ ਸਿਰਫ ਰਾਸ਼ਨ ਤੇ ਧਿਆਨ ਦਿੱਤਾ ਜਾ ਰਿਹਾ। ਪ੍ਰਵਾਸੀ ਇੱਥੇ ਫਸੇ ਨੇ ਉਹਨਾਂ ਨੂੰ ਬਾਹਰ ਭੇਜਣ ਦਾ ਮੁੱਦਾ, ਹਜ਼ੂਰ ਸਾਹਿਬ ਸੰਗਤ ਫਸੀ ਉਹਨੂੰ ਇੱਥੇ ਲਿਆਉਣ ਦਾ ਮੁੱਦਾ, ਪੁਲਿਸ ਮੁਲਾਜ਼ਮਾਂ ਦਾ ਅਜੇ ਤੱਕ ਬੀਮਾ ਹੀ ਨਹੀਂ ਹੋਇਆ ਸਕਰੋਪੀ ਦੇ ਵਿੱਚ, ਇਹੋ ਜਿਹੇ ਕਈ ਮੁੱਦੇ ਨੇ। ਪਰ ਸ਼ੁਰੂਆਤ ਅਸੀਂ ਕੀਤੀ ਸੀ ਕਿਉਂਕਿ ਕੋਈ ਕਰ ਹੀ ਨਹੀਂ ਸੀ ਰਿਹਾ, ਕਈ ਲੱਗੇ ਸਾਡੀਆਂ ਲਾਹਣਤਾਂ ਤੋਂ ਬਾਅਦ, ਜਿਹੜੇ ਲੱਗ ਗਏ ਉਹਨਾਂ ਨੂੰ ਜੇ ਕੋਈ ਮਾੜਾ ਚੰਗਾ ਬੋਲਿਆ ਗਿਆ ਹੋਵੇ ਤਾਂ ਮੈਂ ਉਹਨਾਂ ਕੋਲੋਂ ਮਾਫੀ ਮੰਗਦਾ, ਪਰ ਜਿਹੜੇ ਨਹੀਂ ਲੱਗੇ ਉਹ ਅੱਜ ਵੀ ਸਾਡੇ ਲਈ ਲਾਹਨਤੀ ਨੇ, ਜਿਹੜੇ ਲੋਕਾਂ ਦੇ ਵਿੱਚ ਆ ਕੇ ਲੀਡਰ ਬਣੇ ਫਿਰਦੇ ਤੇ ਲੋਕਾਂ ਦੀ ਸੇਵਾ ਨਹੀਂ ਕਰਦੇ, ਔਰ ਕਿੰਨਾ ਕਿੰਨਾ ਹਾਲਾਤਾਂ 'ਚੋਂ ਅਸੀਂ ਗੁਜ਼ਰਦੇ ਤੁਹਾਨੂੰ ਰੋਜ਼ ਦੱਸਣ ਦੀ ਕੋਸ਼ਿਸ਼ ਕਰੀਦੀ ਆ ਕਿ ਪੈਸਾ ਅਸੀਂ ਕਿਸੇ ਕੋਲੋਂ ਚਵਾਨੀ ਨਹੀਂ ਲੈਂਦੇ, ਜਨੂਨ ਨਾਲ ਕੰਮ ਕੀਤਾ ਜਿੰਨਾ ਚਿਰ ਕੀਤਾ, ਸਾਡੇ ਕੋਲ ਰਾਸ਼ਨ ਦੀ ਮੰਗ ਜਿਹੜੀ ਹੋਰ ਜ਼ਿਆਦਾ ਡਬਲ ਹੁੰਦੀ ਜਾਂਦੀ ਹੈ, ਔਰ ਇਹਦੇ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਬੰਦੇ ਦੇ ਮੂੰਹ ਦੇ ਵਿੱਚ ਕੋਈ ਨਾ ਕੋਈ ਚੀਜ਼ ਪਵੇ। ਹੁਣ ਜਿਹੜਾ ਅਸੀਂ ਕੱਲ੍ਹ ਤੋਂ ਸਪਲਾਈ ਸ਼ੁਰੂ ਕਰ ਰਹੇ ਹਾਂ ਕਿਉਂਕਿ ਉਹਦੇ ਵਿੱਚ ਹੋਰ ਜ਼ਿਆਦਾ ਬਲਕ 'ਚ ਸਮਾਨ ਵੰਡਿਆ ਜਾਊਗਾ। ਆਲੂ ਸਾਨੂੰ ਸਸਤਾ ਮਿਲਿਆ, ਕਿਸੇ ਕਿਸਾਨ ਕੋਲੋਂ ਆਲੂ ਲੈ ਲਿਆ, ਆਲੂ ਦੇ ਨਾਲ ਚਾਵਲ ਦੇ ਦਾਂਗੇ, ਜੀਰਾ ਦੇ ਦਾਂਗੇ, ਕਿ ਕੰਮ ਸੇ ਕੰਮ ਕਿਸੇ ਦੇ ਘਰ ਪੇਟ ਦੇ ਵਿੱਚ ਰੋਟੀ ਦੇ ਪਵੇ, ਉਹ ਭੁੱਖਾ ਤਾਂ ਨਾ ਮਰੇ ਕਿਸੇ ਗੱਲੋਂ। ਇਹੋ ਜਿਹੜੇ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਤੱਕ ਰਾਸ਼ਨ ਜਿਹੜਾ ਪੁੱਜਦਾ ਕਰੇ, ਔਰ ਸਰਕਾਰੀ ਜਿਹੜਾ ਰਾਸ਼ਨ ਹੈ ਉਹ ਲੇਟ ਤੇ ਲੇਟ ਹੋਈ ਜਾ ਰਿਹਾ। ਮੈਂ 3 ਦਿਨ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਸੀ 4 ਦਿਨ ਪਹਿਲਾਂ ਕਿ ਉਹ ਬੈਗ ਜਿਹੜੇ ਇਹਨਾਂ ਕੋਲ ਇਕੱਠੇ ਹੋ ਚੁੱਕੇ ਨੇ, ਰਾਸ਼ਨ ਇਕੱਠਾ ਹੋ ਚੁੱਕਾ ਹੈ, ਸਪਲਾਈ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਫੋਟੋ ਲੱਗਣੀ ਸੀ ਤੋੜਿਆਂ ਦੇ ਉੱਤੇ, ਉਹ ਛਪ ਗਈ ਹੈ, ਕੱਲ੍ਹ ਕਿਸੇ ਨੇ ਸਾਨੂੰ ਭੇਜ ਦਿੱਤੀ ਹੈ। ਉਹ 'ਚ ਰਾਸ਼ਨ ਕੀ ਆ ਰਿਹਾ, 10 ਕਿਲੋ ਆਟਾ, 2 ਕਿਲੋ ਦਾਲ, 2 ਕਿਲੋ ਖੰਡ। ਮੈਂ ਪੁੱਛਣਾ ਚਾਹੁੰਦਾ ਕਿਹੜੇ ਮੂਰਖ ਨੇ ਕੰਬੀਨੇਸ਼ਨ ਬਣਾਇਆ ਜਿਹੜਾ ਆਟੇ ਦੇ ਨਾਲ ਦਾਲ ਤੇ ਠੀਕ ਆ, ਖੰਡ ਦੇ ਨਾਲ ਕੋ ਦੁੱਧ ਦੇ ਦਿੰਦੇ ਸੁੱਕਾ, ਕੋ ਪੱਤੀ ਦੇ ਦਿੰਦੇ ਖੰਡ, ਕਿਹੜੇ ਕੰਮ ਆਉਣੀ ਖੰਡ ਫੱਕਣੀ ਆ ਲੋਕਾਂ ਨੇ, ਕਿੰਨੇ ਬਣਾਇਆ ਉੱਥੇ, ਤੁਹਾਡੇ ਸਲਾਹਕਾਰ ਕਿੱਦਾਂ ਦੇ ਨੇ ਜਿਹੜੇ ਤੁਹਾਨੂੰ ਸਲਾਹਾਂ ਦੇ ਦਿੰਦੇ ਆ, ਔਰ ਜਿਹੜੀ ਤੁਹਾਡੀ ਫੋਟੋ ਲੱਗੀ ਹੈ ਆਪਣੀ ਫੋਟੋ ਲਾਉਣ ਦੀ ਜਗ੍ਹਾ ਤੇ ਉਹਦੇ ਉੱਤੇ ਕੋਰੋਨਾ ਦੇ ਲੱਛਣ ਲਾ ਦਿੰਦੇ, ਕੋਰੋਨਾ ਤੋਂ ਬਚਣ ਦੇ ਬਚਾਅ ਦੱਸ ਦਿੰਦੇ। ਇਹ ਸਮਾਂ ਪਬਲਿਸਿਟੀ ਦਾ ਨਹੀਂ ਹੈ, ਲੋਕਾਂ ਦੇ ਨਾਲ ਖੜਨ ਦਾ, ਲੋਕਾਂ ਲਈ ਕੰਮ ਕਰਨ ਦਾ ਸਮਾਂ। ਤੁਹਾਡੇ ਕੋਲੋਂ ਤੇ ਕਾਲਾ ਬਜ਼ਾਰੀ ਨਹੀਂ ਰੁਕੀ ਅਜੇ ਤੱਕ, ਤੇ ਕੋਰੋਨਾ ਤੋਂ ਆਪਾਂ ਕੀ ਮਾਤ ਪਾ ਸਕਦੇ ਹਾਂ। ਇਸ
ਟੀਮ ਦੇ ਵਿੱਚ ਜਿੰਨਾ ਜਿੰਨਾ ਸਾਡੀ ਟੀਮ ਹੈ ਕਈ ਮੁਸ਼ਕਲਾਂ ਆਉਂਦੀਆਂ ਨੇ, ਕਿਤੇ ਜਾ ਕੇ ਕੋਈ ਬੰਦੇ ਨੂੰ ਕੋਈ ਪੁਲਿਸ ਵਾਲਾ ਰੋਕ ਲੈਂਦਾ, ਕਿਤੇ ਮਾੜੀ ਚੰਗੀ ਬਹਿਸ ਵੀ ਹੋ ਜਾਂਦੀ ਆ, ਪਰ ਫਿਰ ਵੀ ਸਾਨੂੰ ਸਹਿਯੋਗ ਮਿਲਦਾ। ਇਕੱਲੇ ਇਕੱਲੇ ਬੰਦੇ ਦਾ ਮੈਂ ਧੰਨਵਾਦੀ ਹਾਂ ਜਿਹਨੇ ਸਾਡਾ ਸਾਥ ਦਿੱਤਾ। ਇਹ ਮਹਾਜਨ ਕਰਿਆਨਾ ਸਟੋਰ ਹੈ, ਉੱਤੇ ਅਸੀਂ ਆਪਣਾ ਕੈਂਪ ਆਫਿਸ ਬਣਾਇਆ ਆ। ਦਿਲ ਦੀਆਂ ਗਹਿਰਾਈਆਂ ਤੋਂ ਇਹਦਾ ਵੀ ਧੰਨਵਾਦ। ਅੱਜ 12 ਦਿਨਾਂ ਤੋਂ ਰਾਤ ਦਿਨ ਸਾਡੇ ਨਾਲ ਕੰਮ ਕਰ ਰਿਹਾ। 2 ਦਿਨ ਪਹਿਲਾਂ ਪੈਕਿੰਗ ਸ਼ੁਰੂ ਕੀਤੀ ਸੀ, 1 ਦਿਨ ਪਹਿਲਾਂ ਇੱਥੇ ਪੈਕਿੰਗ ਸ਼ੁਰੂ ਕੀਤੀ ਗਈ। ਸ਼ਹਿਰ ਦੀ ਸਾਹਮਣੇ ਸੀ ਇਹ ਦੱਸਦੀ ਆ, ਔਰ ਪੁਲਿਸ ਨੂੰ ਫੜ ਕੇ ਲੈ ਗਈ। ਤੂੰ ਦੁਕਾਨ ਕਿਉਂ ਖੋਲ ਲਈ? ਤਾਂ ਵੀ ਉਹ ਸਾਡੇ ਨਾਲ ਖਲੋ ਗਿਆ ਕਿ ਨਹੀਂ ਸੇਵਾ ਵਾਲਾ ਕੰਮ ਕਰ ਰਹੇ ਹੋ, ਮੈਂ ਕਰਨਾ। ਔਰ ਕੈਪਟਨ ਸਾਹਿਬ ਤੁਹਾਨੂੰ ਮੁਸ਼ਕਲਾਂ ਕੀ ਪਤਾ ਲੱਗਣੀ ਆ ਲੋਕਾਂ ਦੀਆਂ? ਸਵੇਰੇ ਫੋਨ ਫੜਦੇ ਹੋ, ਉਹਦੇ 'ਤੇ ਆਪਣੇ SSP ਨੂੰ ਕਾਲ ਲਾ ਲੈਂਦੇ ਹੋ ਕਿ ਹੈਲੋ ਬੇਟਾ, ਹਾਊ ਆਰ ਯੂ, ਫਾਈਨ, ਚੰਗਾ ਚੱਲ ਰਿਹਾ? SSP ਤੁਹਾਨੂੰ ਕੀ ਕਹੂਗਾ ਕਿ ਮਾੜਾ ਚੱਲ ਰਿਹਾ? ਉਹਨੇ ਮਰਨਾ, ਉਹਨੇ ਡਿਸਮਿਸ ਹੋਣਾ ਤੁਹਾਡੇ ਕੋਲੋਂ। ਕਿਸੇ ਕਾਂਗਰਸੀ ਨੂੰ ਛੱਡ ਕੇ, ਕਿਸੇ ਅਫਸਰ ਨੂੰ ਛੱਡ ਕੇ, ਕਿਸੇ ਮਤਲਬ ਤਹਿਸੀਲਦਾਰ ਨੂੰ ਛੱਡ ਕੇ, ਕਿਸੇ ਆਮ ਪਬਲਿਕ ਵਾਲੇ ਨੂੰ ਫੋਨ ਲਾ ਕੇ ਵੇਖੋ ਸਵੇਰੇ, ਕਰੋ ਵੀਡੀਓ ਕਾਲ, ਤੁਹਾਨੂੰ ਸਲੀਹਤ ਦੱਸ ਦੂਗਾ। ਨਾ ਤੁਹਾਨੂੰ ਸਭ ਕੁਝ ਦਿਸਣ ਡਿਆ ਉੱਥੇ ਬੈਠਿਆਂ ਕਿ ਪੰਜਾਬ ਦੇ ਹਾਲਾਤ ਮਾੜੇ ਨੇ, ਲੋਕਾਂ ਦੇ ਘਰਾਂ 'ਚ ਰਾਸ਼ਨ ਨਹੀਂ ਜਾ ਰਿਹਾ। ਨਾ ਝੂਠ ਬੋਲੋ, ਲੋਕਾਂ ਤੱਕ ਰਾਸ਼ਨ ਪੁੱਜਦਾ ਕਰੋ, ਨਹੀਂ ਤਾਂ ਮੈਂ ਤੁਹਾਡੇ ਲਈ 2 ਲੈਣਾ ਬੋਲਣ ਲੱਗਾ ਕਿ ਬੜਾ ਨਾ ਪਾਇਆ ਕੋਈ ਆਪਣੀ ਸ਼ਾਨ ਝੂਠ ਬੋਲ ਕਰ, ਬੜਾ ਨਾ ਪਾਇਆ ਕੋਈ ਆਪਣੀ ਸ਼ਾਨ ਝੂਠ ਬੋਲ ਕਰ, ਮਗਰ ਉਹ ਛੂ ਰਹਾ ਹੈ ਆਸਮਾਨ ਝੂਠ ਬੋਲ ਕਰ। ਕਭੀ ਤੋ ਸੱਚੀ ਬਾਤ ਕਰ, ਕਭੀ ਤੋ ਸੱਚ ਸੇ ਪਿਆਰ ਕਰ, ਅਰੇ ਕਭੀ ਚਲੀ ਹੈ ਕਿਸੀ ਕੀ ਦੁਕਾਨ ਉਮਰ ਭਰ ਝੂਠ ਬੋਲ ਕਰ। ਇਹੋ ਜਿਹੇ ਹਾਲਾਤ ਨਾ ਬਣਾਓ, ਬਹੁਤ ਜ਼ਿਆਦਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਰਹੇ ਹਾਂ ਅਸੀਂ। ਦੂਜੇ ਪਾਸੇ ਇੱਕ ਪਹਿਲੂ ਹੋਰ ਹੈ ਕਿ ਸ਼ਹਿਰ ਨੇ ਬਹੁਤ ਦਾਨ ਦਿੱਤਾ, ਬਹੁਤ ਸ਼ਹਿਰ ਦਾਨ ਨੂੰ ਦੇਣ ਨੂੰ ਤਿਆਰ ਹੈ, ਬਹੁਤ ਜ਼ਿਆਦੀਆਂ ਸੰਸਥਾਵਾਂ ਕੰਮ ਕਰ ਰਹੀਆਂ, ਪਰ ਮੁਸ਼ਕਲ ਕਿੱਥੇ ਆ ਰਹੀ ਹੈ ਕਿ ਕਈ ਲੋਕ ਵੇਖੋ ਵੇਖੀ ਫੇਸਬੁੱਕ ਦੇ ਉੱਤੇ ਇੱਕ ਦਿਨ ਰਾਸ਼ਨ ਵੰਡਦੇ ਨੇ ਔਰ ਫੇਸਬੁੱਕ ਦੇ ਉੱਤੇ ਫੋਟੋ ਪਾ ਦਿੰਦੇ ਨੇ, ਦੂਜੇ ਤੀਜੇ ਦਿਨ ਲੱਭਦੇ ਨਹੀਂ। ਉਹਨਾਂ ਨੂੰ ਮੈਂ ਕਹਿੰਦਾ ਜੇ ਸ਼ੁਰੂਆਤ ਕੀਤੀ ਹੈ ਤੇ ਇਹਦੇ ਅਪਡੇਟ ਰੋਜ਼ ਦਿਆ ਕਰੋ। ਇਹਦੇ ਨਾਲ ਪ੍ਰੋਬਲਮ ਇਹ ਆ ਰਹੀ ਹੈ ਕਿ ਸ਼ਹਿਰ ਵਾਸੀਆਂ 'ਚ ਇਹ ਮੈਸੇਜ ਚਲੇ ਗਿਆ ਕਿ ਬਹੁਤ ਜ਼ਿਆਦਾ ਦਾਨ ਪੁੰਨ ਹੋ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਹਕੀਕਤ ਇਹ ਹੈ ਕਿ ਸਮਾਨ ਦੀ ਅੱਜ ਵੀ ਬਹੁਤ ਲੋੜ ਹੈ। ਔਰ ਦੂਜੇ ਪਾਸੇ ਮੈਂ ਉਹਨਾਂ ਲੋਕਾਂ ਨੂੰ ਵੀ ਤਾੜਨਾ ਕਰਦਾ ਕਿ ਸ਼ਹਿਰ ਦੀਆਂ ਗਲਤ ਵੀਡੀਓ ਨਾ ਬਣਾਓ। ਕੱਲ੍ਹ ਇੱਕ ਵੀਡੀਓ ਘੁੰਮਦੀ ਸੀ, ਫੋਟੋਆਂ ਮੈਸੇਜ ਘੁੰਮਦਾ ਸੀਗਾ ਕਿ ਕਿਸੇ ਥਾਂ ਤੇ ਲੋਕੀ ਘਾਹ ਖਾ ਰਹੇ ਨੇ। ਇਹੋ ਜਿਹੇ ਹਾਲਾਤ ਅੰਮ੍ਰਿਤਸਰ 'ਚ ਬਣ ਸਕਦੇ ਨੇ ਯਾਰ, ਕਿਤੇ ਲੋਕ ਮਿੱਟੀ ਖਾ ਰਹੇ ਨੇ। ਇਸ ਸ਼ਹਿਰ ਨੂੰ ਬਦਨਾਮ ਨਾ ਕਰੋ। ਮੈਂ ਕਹਿੰਦਾ ਕਿ ਇਸ ਸ਼ਹਿਰ ਦੇ ਵਿੱਚ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਇੱਥੇ ਸਾਡੇ ਕੋਲ ਆ ਜੇ, 10 ਨੰਬਰ ਸਾਡੇ ਚੱਲਦੇ ਨੇ, ਅਸੀਂ ਦੇਣ ਨੂੰ ਤਿਆਰ ਹਾਂ। ਹੋਰ ਵੀ ਸੰਸਥਾਵਾਂ ਲੱਗੀਆਂ, ਐਡਮਿਨਿਸਟ੍ਰੇਸ਼ਨ ਲੋਕਲ ਜਿਹੜੀ ਉਹ ਆਪਣੇ ਤੌਰ ਤੇ ਲੱਗੀ ਆ। ਬਦਨਾਮੀ ਨਾ ਕਰੋ ਸ਼ਹਿਰ ਦੀ, ਕਿਸੇ ਨੂੰ ਘਾਹ ਖਾਣ ਦੀ ਨੌਬਤ ਨਹੀਂ ਆਉਣੀ, ਕਿਸੇ ਨੂੰ ਮਿੱਟੀ ਖਾਣ ਦੀ ਨੌਬਤ ਨਹੀਂ ਆਉਣੀ, ਪਰ ਹਾਲਾਤ ਮੁਸ਼ਕਲ ਜ਼ਰੂਰ ਨੇ ਕਈਆਂ ਥਾਵਾਂ ਤੇ। ਇੱਥੇ ਦੇਖ ਲਓ, ਚੌਂਕਾਂ 'ਚ ਭੀੜ ਪੈਂਦੀ ਆ, ਕਈ ਪਿੰਡਾਂ 'ਚ ਮੁਹੱਲਿਆਂ 'ਚ ਚਲੇ ਜਾਓ, ਭੀੜ ਹੈ। ਕਾਰਨ ਕੀ ਹੈ ਕਿ ਜਦੋਂ ਬਾਪ ਕੋਲੋਂ ਬੱਚਾ ਘਰ ਕੋਈ ਚੀਜ਼ ਮੰਗਦਾ ਹੈ ਨਾ ਕਿ ਮੈਨੂੰ ਦੁੱਧ ਲਿਆ ਦੇ, ਮੈਨੂੰ ਟੌਫੀ ਲਿਆ ਦੇ, ਘਰ ਦੇ ਵਿੱਚ ਉਹਦੇ ਕੋਲ ਆਪਣੇ ਬੱਚੇ ਫੇਸ ਹੀ ਨਹੀਂ ਹੁੰਦੇ ਤੇ ਉਹ ਚੁੱਪ ਕਰਕੇ ਚੌਂਕ 'ਚ ਆ ਜਾਂਦਾ ਗੱਲਾਂ ਸੁਣਨ ਦਾ, ਮਾਰਾ ਨਮੋਸ਼ੀ ਦਾ ਮਾਰਾ। ਇਹੋ ਜਿਹੇ ਹਾਲਾਤ ਨਾ ਬਣਾਓ। ਕੈਪਟਨ ਅਮਰਿੰਦਰ ਸਿੰਘ ਜੀ, ਲੋਕਡਾਊਨ ਮੈਂ ਤੁਹਾਨੂੰ ਕਹਿੰਦਾ 2 ਮਹੀਨੇ ਲੋਕਡਾਊਨ ਕਰੋ। ਇਹ 14-15 ਦਿਨ ਘੱਟ ਹੈ, ਪਰ ਰੋਟੀ ਦੇ ਦਿਓ ਲੋਕਾਂ ਦੇ ਘਰਾਂ 'ਚ 2 ਮਹੀਨਿਆਂ ਦੀ ਪਬਲਿਸਿਟੀ ਕਰਕੇ ਨਾ ਦਿਓ। ਤੁਸੀਂ ਰਾਸ਼ਨ ਪਹੁੰਚਾਓ, ਤੁਹਾਡੇ ਤੋੜੇ ਨਹੀਂ ਨਾ ਛਪ ਸਕੇ ਅਜੇ ਤੱਕ। ਲਿਆਓ, ਸਾਡੇ ਅੰਕਲ ਕਰਦੇ ਨੇ ਸਪਲਾਈ, ਮੈਂ ਕਰਦਾ। ਸਾਡੀ ਇਕੱਲੀ ਇਕੱਲੀ ਟੀਮ ਦਾ ਬੰਦਾ ਘਰ ਜਾ ਕੇ ਨਾਰਾ ਮਾਰੂਗਾ, ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ, ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ, ਪੰਜਾਬ ਸਰਕਾਰ ਜਿੰਦਾਬਾਦ। ਪਰ ਰਾਸ਼ਨ ਤੇ ਦਿਓ। ਕਿੰਨਾ ਹਾਲਾਤਾਂ 'ਚ ਇੱਕ ਪਾਸੇ ਮੈਂ ਹੋਰ ਪੰਜਾਬੀਆਂ ਨੂੰ ਬੇਨਤੀ ਕਰਨ ਲੱਗਾ ਕਿ ਪੰਜਾਬ ਵਾਸੀਓ, ਆਪਣੀ ਜ਼ਮੀਰ ਨਾ ਮਾਰੋ, ਆਪਣੀ ਅਣਖ ਨਾ ਮਾਰੋ, ਆਪਣੇ ਆਪ ਨੂੰ ਮਾਰੋ ਨਾ। ਤੁਸੀਂ ਲੋਕਾਂ ਲਈ ਕੁਰਬਾਨੀਆਂ ਦਿੰਦੇ ਰਹੇ ਹੋ। ਅੱਜ ਮੈਂ ਫੋਟੋ ਵੇਖਦਾ ਸੀ ਅਖਬਾਰ ਦੇ ਵਿੱਚ ਕਿ ਇੱਕ ਬੰਦੇ ਦੀ ਕੋਰੋਨਾ ਨਾਲ ਡੈਥ ਹੋਈ ਹੈ, 4 ਬੰਦੇ ਨਹੀਂ ਲੱਭੇ ਉਹਨੂੰ ਮੋਢਾ ਦੇਣ ਲਈ, 2 ਸ਼ਮਸ਼ਾਨ ਘਾਟ ਵਾਲਿਆਂ ਨੇ ਚੁੱਕਿਆ ਤੇ ਪਿੱਛੋਂ ਇੱਕ ਉਹਦਾ ਬੇਟਾ ਜਿਹੜਾ ਲੱਤਾਂ ਫੜ ਕੇ 3 ਜਣੇ ਉਹਨੂੰ ਸ਼ਮਸ਼ਾਨ ਘਾਟ ਦੇ ਅੰਦਰ ਲੈ ਕੇ ਜਾ ਰਹੇ ਨੇ। ਕੀ ਜ਼ਮੀਰ ਮਰ ਗਈ ਹੈ ਸਾਡੀ? ਮੈਂ ਕਹਿੰਦਾ, ਮੈਂ ਚੈਲੰਜ ਕਰਦਾ ਕਿ ਜਿਹੜੇ ਜਿਹੜੇ MLA ਨੇ ਜਾਂ ਜਿੰਨਾ ਜਿੰਨਾ ਉਹਨਾਂ ਦੇ ਸਾਹਮਣੇ ਇਲੈਕਸ਼ਨਾਂ ਲੜੀਆਂ ਨੇ, ਤੁਹਾਡੇ ਹਲਕੇ 'ਚ ਕਿਸੇ ਦੀ ਮੌਤ ਹੁੰਦੀ ਹੈ, ਤੁਹਾਡਾ ਫਰਜ਼ ਬਣਦਾ ਉਹਨੂੰ ਮੋਢਾ ਦੇਣਾ।
ਤੁਹਾਡੇ ਇਲਾਕੇ ਦਾ ਕੌਂਸਲਰ ਹੈ, ਉਹਦਾ ਫਰਜ਼ ਬਣਦਾ ਉਹਨੂੰ ਮੋਢਾ ਦੇਣਾ। ਮੈਂ ਐਲਾਨ ਕਰਦਾ ਆਪਣੀ ਟੀਮ ਦੇ ਨਾਲ, ਜੇ ਕਿਤੇ ਇਹੋ ਜਿਹੀ ਨੌਬਤ ਆਉਂਦੀ ਹੈ ਅੰਮ੍ਰਿਤਸਰ ਸਿਟੀ ਦੇ ਵਿੱਚ, ਰੱਬ ਕਰੇ ਸਾਡੇ ਸ਼ਹਿਰ ਵਾਸੀਆਂ ਦੀਆਂ ਉਮਰਾਂ ਲੰਬੀਆਂ ਹੋਣ, ਇੱਕ ਮੌਤ ਨਾ ਹੋਵੇ ਸਾਡੇ ਸ਼ਹਿਰ ਦੇ ਵਿੱਚ। ਜੇ ਕਿਤੇ ਕਰੋਨਾ ਨਾਲ ਮੌਤ ਹੁੰਦੀ ਆ, ਇਹੋ ਜਿਹਾ ਕੋਈ ਹਾਲਾਤ ਬਣਦੇ ਆ, ਕਿਤੇ ਮੋਢਾ ਦੇਣ ਵਾਲਾ ਨਹੀਂ। ਸਾਡੀ ਟੀਮ ਨੂੰ ਕਾਲ ਕਰੋ, ਅਸੀਂ ਜਾ ਕੇ ਕਰੋਨਾ ਕੀ ਕਿਸੇ ਤਰ੍ਹਾਂ ਦਾ ਵੀ ਪੇਸ਼ੈਂਟ ਹੈ, ਅਸੀਂ ਉਹਨੂੰ ਚੁੱਕਾਂਗੇ ਆਪਣੇ ਮੋਢਿਆਂ ਦੇ ਉੱਤੇ ਲੈ ਕੇ ਜਾਵਾਂਗੇ, ਕਿਸੇ ਲਾਸ਼ ਦਾ ਹਸ਼ਰ ਮਾੜਾ ਨਹੀਂ ਹੋਣ ਦਿੱਤਾ ਜਾਊਗਾ। ਔਰ ਇਹ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਰਾਹ ਮੇ ਖਤਰੇ ਵੀ ਬਹੁਤ ਹੈ, ਰਾਹ ਮੇ ਖਤਰੇ ਵੀ ਹੈ, ਲੇਕਿਨ ਠਹਿਰਦਾ ਕੌਣ ਹੈ, ਬਹੁਤ ਕਾਲਾ ਨਹੀਂ ਹੈ, ਆਜ ਆ ਜਾਏ ਡਰਤਾ ਕੌਣ ਹੈ, ਔਰ ਉਨਕੀ ਲਸ਼ਕਰ ਕੇ ਮੁਕਾਬਲ ਹਮ ਅਕੇਲੇ ਹੈ, ਮਗਰ ਫੈਸਲਾ ਮੈਦਾਨ ਮੇ ਹੋਗਾ, ਮਰਤਾ ਕੌਣ ਹੈ।